ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਈਜ਼ ਅੱਜ ਦੀ ਵੀਡੀਓ 'ਚ ਮੈਂ ਕਰਨ ਵਾਲੀ ਹਾਂ ਆਪਣੇ ਭਰਾ ਦੇ ਨਾਲ ਰਾਜਨ ਦੇ ਨਾਲ ਇੱਕ ਚੈਲੰਜ ਗੈਸ ਦਾ ਲਿਰਿਕਸ ਚੈਲੰਜ ਇਹਦੇ ਵਿੱਚ ਕੀ ਹੋਊਗਾ ਕਿ ਮੈਂ ਕੋਈ ਵੀ ਸੌਂਗ ਦੀਆਂ 1 ਜਾਂ 2 ਲਾਈਨਸ ਬੋਲੂੰਗੀ ਮਤਲਬ ਗਾ ਕੇ ਉਹਨੂੰ ਦੱਸੂੰਗੀ ਐਂਡ ਉਹਨੂੰ ਅੱਗੇ ਦੀਆਂ 2-3 ਲਾਈਨਾਂ ਕੰਪਲੀਟ ਕਰਨੀਆਂ ਨਹੀਂ ਤਾਂ ਇਸ ਇਹਦੇ ਵਿੱਚ ਆਪਣਾ ਮੂੰਹ ਪਾਣਾ ਇਹਦੇ ਵਿੱਚ ਆਈਸ ਪਾਈ ਹੋਈ ਔਰ ਚਿਲਡ ਪਾਣੀ ਇੱਕਦਮ ਠੰਡਾ ਠੰਡਾ ਪਾਣੀ ਅਤੇ ਜਿਹੜਾ ਹਾਰਦਾ ਜਾਊਗਾ ਉਹ ਵਾਰ ਵਾਰ ਇਹਦੇ ਵਿੱਚ ਆਪਣਾ ਮੂੰਹ ਡਿਪ ਕਰੂਗਾ ਅਤੇ ਜਿਹੜਾ ਜਿੱਤ ਜੂਗਾ ਉਹ ਜਿੱਤ ਜੂਗਾ ਉਹ ਨਹੀਂ ਕਰੂਗਾ ਸੋ ਵਿਦਆਊਟ ਐਨੀ ਫਰਦਰ ਡੂ ਲੈਟਸ ਗੈਟ ਸਟਾਰਟਡ ਵਿਦ ਦ ਵੀਡੀਓ ਸੋ ਮੂੰਹ ਪੂਰਾ ਡਿਪ ਕਰਨਾ ਤਾਂ ਕੋਸ਼ਿਸ਼ ਕਰਨੀ ਪੂਰਾ ਡਿਪ ਕਰਨਾ ਠੀਕ ਹੈ ਅੱਛਾ ਜਿੰਨਾ ਹੋ ਸਕੇ ਚਲੋ ਠੀਕ ਹੈ ਫਿਰ ਸਟਾਰਟ ਤਾਂ ਸਟਾਰਟਿੰਗ ਕੌਣ ਕਰ ਰਿਹਾ ਹੈ ਕੌਣ ਕਰ ਰਿਹਾ ਹੈ ਹੈਡ ਟੇਲ ਕਰਨਾ ਹੈਡ ਟੇਲ ਹੁਣ ਸਿੱਕਾ ਹੈਗਾ ਸਿੱਕਾ 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 ਉਹ ਕਰ ਲਈ ਸਟੋਨ ਪੇਪਰ ਸਿਰ ਹੁੰਦਾ ਤਾਂ ਨਹੀਂ ਹੁੰਦਾ ਚਲ ਸੋਨ ਪੇਪਰ ਸਿਰ ਸੋਨ ਪੇਪਰ ਸਿਰ ਸੀਜ਼ਰ ਨਹੀਂ ਤੋੜਦੀ ਨਹੀਂ ਐਦਾਂ ਕਰਕੇ ਤੇ ਫੜ ਲਿਆ ਨਾ ਤਾਂ ਤੂੰ ਸੀਜ਼ਰ ਤੋੜ ਸੀਜ਼ਰ ਤਾਂ ਐ ਸੀਜ਼ਰ ਤੋੜੀ ਐ ਇਹ ਤਾਂ ਤੂੰ ਸੀਜ਼ਰ ਬੋਲਿਆ ਸੀ ਮੂੰਹ ਪਹਿਲਾਂ ਬੋਲਣ ਦਾ ਥੋੜੀ ਹੁੰਦਾ ਨਹੀਂ 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 ਬੋਲਣ ਦਾ ਨਹੀਂ ਹੁੰਦਾ ਪ੍ਰਾਵਾ ਬੋਲੇ ਹੁੰਦੇ ਦੋ ਯਾ ਤੂੰ ਹਾਰ ਗਿਆ ਬੋਲ ਤੂੰ ਸੀਜ਼ਰ ਨਹੀਂ ਐ ਬੋਲ ਤੂੰ ਸੀਜ਼ਰ ਐਦਾਂ ਨਹੀਂ ਹੁੰਦਾ ਚੀਟਰ ਕਿੱਡਾ ਵੱਡਾ ਚੀਟਰ ਯਾਰ ਜੋ ਬੋਲੋਗੇ ਉਹੀ ਤਾਂ ਤੁਸੀਂ ਸ਼ੋ ਕਰੋਗੇ ਨਾ ਗਾਇਸ ਪਿੱਛੇ ਮੰਨੂ ਦੀ ਆਵਾਜ਼ ਹੈ ਮਨਰਾਜ ਦੀ ਤਾਂ ਥੋੜਾ ਜਿਹਾ ਕੋਪਰੇਟ ਚਲ ਮੈਂ ਇਦਾਂ ਨਹੀਂ ਇਹ ਬੋਲਣ ਦਾ ਕੁਝ ਨਹੀਂ ਹੁੰਦਾ ਨਹੀਂ ਇਦਾਂ ਦੀ ਗੱਲ ਨਹੀਂ ਚੁੱਪ ਰਹਿ ਜੋ ਬੋਲੋਗੇ ਉਹੀ ਸ਼ੋ ਕਰਨਾ ਨਹੀਂ ਯਾਰ ਚਲ ਜਲਦੀ ਤਾਂ ਪਤਾ ਲੱਗ ਜੇਗਾ ਦੂਜੇ ਬੰਦੇ ਨੂੰ ਕਿਉਂ ਭਾਈ ਇੱਕ ਅਸੀਂ ਇੱਕਦਮ ਮੈਂ ਬੋਲਣਾ ਹੀ ਨਹੀਂ ਚੱਲ ਚਲ ਰਹੀ ਜੀ ਮਤਲਬ ਮੈਂ ਸਟਾਰਟ ਕਰਾਂ ਮਤਲਬ ਮੈਂ ਕਰੂੰ ਨਾ ਸਟਾਰਟ ਅੱਛਾ ਲਿਰਿਕਸ ਮੈਨੂੰ ਅੱਗੇ ਕਰਨੇ ਆ ਬਸ ਸਟਾਰਟਿੰਗ ਨਹੀਂ ਹੈ ਸਟਾਰਟਿੰਗ ਦੇ 2 ਲਾਈਨ ਤੋਂ ਬੋਲੀਏ 2 ਮੈਂ ਬੋਲੀ ਸਟਾਰਟਿੰਗ ਨਹੀਂ ਹੈ ਬਸ ਸਟਾਰਟਿੰਗ ਦੇ ਸਟਾਰਟਿੰਗ ਦੇ ਬੋਲੀ ਵਿੱਚੋਂ ਨਹੀਂ ਨਾ ਲਾਸਟ ਵਿੱਚੋਂ ਨਹੀਂ ਲਾਸਟ ਵੀ ਨਹੀਂ ਕੁਝ ਨਹੀਂ ਸਿਰਫ ਸਟਾਰਟਿੰਗ ਦੇ ਲਾਈਨਸ ਬੋਲੀਏ ਚਲ 2 ਬੋਲ 2 ਮੈਂ ਵੀ 2 ਹੀ ਬੋਲੂੰਗਾ ਚਲੋ ਠੀਕ ਹੈ ਮਤਲਬ 2 ਲੈਣਾ ਨਾ ਠੀਕ ਹੈ ਹਾਂ ਉਹ ਲੈ ਲਓ ਪੈਸੇ ਤੇ ਲੈ ਲਓ ਪਿਆਰ ਮੈਨੂੰ ਮੇਰੇ ਯਾਰ ਮੋੜ ਦੋ ਤੂੰ 4-5 ਲੈਣੇ ਹੀ ਬੋਲਦੇ ਆ ਯਾਰ ਇੱਕ ਲੈਣਾ ਉਹ ਲੈ ਲਓ ਪੈਸੇ ਇਸੇ ਤੇ ਲੈ ਲਓ ਪਿਆਰ ਮੈਨੂੰ ਮੇਰੇ ਯਾਰ ਮੋੜ ਦੋ ਇੱਕ ਤਰੀਕੇ ਦਾ 2 ਲੈਣਾ ਹੀ ਹੋਏ ਨਾ ਕਿਸੇ ਕੰਮ ਦੇ ਔਰ ਗਾਣਾ ਇਹ ਇਦਾਂ ਬੋਲ ਕੇ ਨਾ ਕਿਸੇ ਕੰਮ ਦੀ ਨਹੀਂ ਇਹ ਮਹਿੰਗੀ ਕਾਰ ਮੈਨੂੰ ਮੇਰੇ ਯਾਰ ਮੋੜ ਦੋ ਠੀਕ ਹੈ ਯੇ ਜਿੱਤ ਗਿਆ ਮੈਂ ਸੋ ਲਾਈਨ ਹੈ ਕਿਉਂ ਇਦਾਂ ਅਸੀਂ ਟੁੱਟੇ ਕਿਉਂ ਇਦਾਂ ਅਸੀਂ ਇੰਨੇ ਪੁਰਾਣੇ ਗਾਣੇ ਨੇ ਤੇ ਰੋਏ ਕਾਦੇ ਲਈ 2 ਲਾਈਨ ਹੋ ਗਿਆ ਨਹੀਂ ਇੰਨੇ ਪੁਰਾਣਾ ਦਿਸ ਇਜ਼ ਨਾਟ ਪੁਰਾਣਾ ਯਾਰ ਇੱਕ ਗੱਲ ਦੱਸ ਇਹ ਪੁਰਾਣਾ ਨਹੀਂ ਅੱਗੇ ਨੋਰਮਲ ਸੁਣਿਆ ਤਾਂ ਹੋਵੇ ਨਾ ਬੰਦੇ ਨੇ ਇਹ ਕੀ ਗੱਲ ਹੈ ਇਹ ਥੋੜੀ ਹੈ ਪੰਜਾਬੀ ਗਾਣਾ ਗਾਣਾ ਆ ਨਹੀਂ ਇਹ ਤੇ ਹੈਗਾ ਗਾਣਾ ਮੈਂ ਦੁਬਾਰਾ ਦੱਸ ਦੇ 20 ਸੈਕਿੰਡ ਹੀ ਆ ਬਸ ਤੇਰੇ ਕੋਲ 1 ਉਹ ਤਾਂ ਮੈਂ ਦੱਸਣਾ ਹੀ ਭੁੱਲ ਗਈ ਗਾਇਸ 20 ਸੈਕਿੰਡ ਹੀ ਆ ਉਸ ਤੋਂ ਜ਼ਿਆਦਾ ਟਾਈਮ ਨਹੀਂ ਆ ਹਾਂ ਗਾਣਾ ਦੱਸ ਦੋ ਕਿਉਂ ਇਦਾਂ ਅਸੀਂ ਟੁੱਟੇ ਕਿਉਂ ਇਦਾਂ ਅਸੀਂ ਟੁੱਟੇ ਵੇ ਰੋਏ ਕਾਦੇ ਲਈ ਇਹ ਤਾਂ ਪੁਰਾਣਾ ਗਾਣਾ ਹੈ ਨੋ ਨਵਾਂ ਗਾਣਾ ਹੈ ਸਿੰਗਰ ਦਾ ਨਾਮ ਬਤਾ ਨਵਾਂ ਗਾਣਾ ਨਾ 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 ਨੋ ਹਿੰਟਸ ਟਿਕ ਟਿਕ 1 ਟਿਕ ਟਿਕ 2 ਟਿਕ ਟਿਕ 3 ਟਿਕ ਟਿਕ 4 ਫੋਨ ਯੂਸ ਕਰਨਾ ਟਿਕ ਟਿਕ ਫੋਨ ਯੂਸ ਕਰਨਾ ਟਿਕ ਟਿਕ 5 ਟਿਕ ਟਿਕ 6 ਟਿਕ ਟਿਕ 7 ਕਿਉਂ ਦਾਸੀ ਟਿਕ ਟਿਕ ਕਿਉਂ ਦਾਸੀ ਟੁੱਟੇ ਹਾਂ ਕਿਉਂ ਇਦਾਂ ਅਸੀਂ ਟੁੱਟੇ ਵੇ ਰੋਏ ਕਾਦੇ ਲਈ ਟਿਕ ਟਿਕ ਯਾਰ ਰਾਜਿੰਦਰ ਟਾਈਮ ਓਵਰ ਹੈ ਹਾਰ ਗਿਆ ਹਾਰ ਗਿਆ ਚਲ ਫੜ ਨੂੰ ਤਾਂ ਅਬ ਲਾਸਟ ਮੇ ਕਰਨਾ ਹੈ ਨਹੀਂ ਉਹ ਹਰ ਪੁਆਇੰਟ ਦੇ ਨਾਲ ਚਲੋ ਯਾਰ ਇਹ ਕੀ ਬਾਤ ਹੈ ਟਿਕ ਕਿਆ ਪੀਣਾ ਪੀਣਾ ਨਹੀਂ ਹੈ ਉਹ ਬਾਹਰ ਅਰੇ ਤਾਂ ਮੇਰੇ ਪੱਗ ਵੀ ਤਾਂ ਬਾਵੇਂ ਕਿਆ ਕੋਈ ਨਹੀਂ ਪੱਗ ਮੇਰਾ ਮੂੰਹ ਇਤਨਾ ਬੜਾ ਹੈ ਇਸ ਮੇ ਥੋੜੀ ਆ ਰਹੀ ਹੈ ਜੀ ਨਾ ਪਾ 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 ਜੇਤੀ ਕਰ ਚੱਲਦੀ ਮੈਂ ਖੁਦ ਸੇ ਡਾਲੂਗਾ ਪੂਰਾ ਪੈਣਾ ਚਾਹੀਦਾ ਪਾ 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 ਅਰੇ ਹੱਥ ਹੱਥ ਨਾ ਹੱਥ ਨਾ ਥੋੜੀ ਦੇ ਹੱਥ ਲਓ ਇਹਦਾ ਥੱਲਿਓ ਕਰਕੇ ਪੂਰਾ ਪਾ ਪਾ ਥੋੜੀ ਅੰਦਰ ਅਰੇ ਨਾਕ ਨੂੰ ਮਿਜੇਗਾ ਨਹੀਂ ਬਣੇਗਾ ਚੱਲ ਜਲਦੀ ਕਰ ਜਲਦੀ ਇੱਕ ਮੈਂ ਬੇਬੀ ਮੇਰੇ ਕੋ ਕੋਲਡ ਹੋਦਾ ਜਲਦੀ ਕਰ ਚੱਲੀ ਕਰ ਮੈਂ ਹਟਾ ਦੂੰ ਪੂਰਾ ਪੂਰਾ ਥੋੜੀ ਅੰਦਰ ਪਾ ਥੋੜੀ ਅੰਦਰ ਪਾ ਉਹ ਤਾਂ ਜਾਏ ਨਹੀਂ ਨਾ ਜਾਏਗਾ ਬਸ ਨਾ ਯਾਰ ਇਹਦਾ ਗਾਇਸ ਮੈਂ ਬਾਲ ਚੇਂਜ ਕਰ ਦਿਆ ਨਾ ਮੂਵ ਵੱਡਾ ਇਹਦਾ ਮੂਵ ਵੱਡਾ ਆ ਮੈਂ ਦੂਜਾ ਉਹ ਲੈ ਕੇ ਆਉਣੀ ਆ ਤਾਂ ਕਿ ਇਹਦਾ ਮੂਵ ਪੂਰਾ ਜਾਏ ਠੀਕ ਹੈ ਇੱਕ ਮਿੰਟ ਰੁਕ ਸੋ ਗਾਇਸ ਮੈਂ ਵੱਡਾ ਵਾਲਾ ਲੈ ਕੇ ਆਈ ਆ ਹੁਣ ਇਹਦੇ ਵਿੱਚ ਇਹਦਾ ਪਾਣੀ ਪਾ ਦਿੰਨੇ ਆ ਇਹਦੇ ਚ ਹੋਰ ਪਾਣੀ ਪਾਏਗਾ ਬੇਟਾ ਇਹ ਜ਼ਿਆਦਾ ਡੀਪ ਹੈ ਪਾਣੀ ਪਾਉਂਗੀ ਨਾ ਪੂਰਾ ਟੈਨਸ਼ਨ ਨਾ ਲੈ ਪਾਣੀ ਦੇ ਦੇ ਇਹਨੂੰ ਹੋਰ ਪਾਣੀ ਲੈ ਕੇ ਆ ਸੋ ਗਾਇਸ ਇਹਨੂੰ ਆਪਾਂ ਫੁੱਲ ਭਰ ਦੇਣਾ
ਤਾਂ ਕਿ ਇਹਦਾ ਮੂੰਹ ਇਸ ਵਾਰੀ ਤਾਂ ਬਚ ਗਿਆ ਬਟ ਮੈਂ ਇੱਕ ਵਾਰੀ ਡਿਪ ਕਰ ਚੁੱਕਾ ਹਾਂ ਚੱਲ ਹੁਣ ਤਾਂ ਤੂੰ ਕਰ ਚੁੱਕਾ ਹੈ ਲੇਕਿਨ ਨੈਕਸਟ ਟਾਈਮ ਲਈ ਯੂ نو ਕਿਉਂਕਿ ਗਾਣੇ ਤਾਂ ਮੈਂ ਇਦਾਂ ਦੇ ਇਹਨੂੰ ਦੱਸਣੇ ਆ ਕਿ ਵਿਚਾਰਾ ਗੈਸ ਹੀ ਨਹੀਂ ਕਰ ਪਾਊਗਾ ਆਲੋ ਫੜੋ ਸੋ ਪੂਰਾ ਭਰ ਚੁੱਕਾ ਇਹ ਹੁਣ ਚਲੋ ਤੂੰ ਦੱਸੇਂਗਾ ਹੁਣ ਵਾਰੀ ਹੁਣ ਇਹਦੀ ਵਾਰੀ ਹੈ ਅੱਛਾ ਕੀ ਵੇਖ ਰਹੀ ਹੈ ਤੂੰ ਅੱਛਾ ਗਾਣਾ ਨਾ ਦੱਸਾਂ ਮੈਂ ਜਿਹੜਾ ਸੀਗਾ ਮੈਂ ਤਾਂ ਤੂੰ ਪੁੱਛੇ ਨਹੀਂ ਆ ਗਾਣਾ ਕੀ ਸੀ ਇਹਦੇ ਅੱਗੇ ਲਾਈਨ ਸੀਗੀ ਸਿਮਰਨ ਤਾਂਦਲੀ ਦਾ ਗਾਣਾ ਸੀਗਾ ਉਹ ਜਾਣ ਗਏ ਨੇ ਕਿ ਉਹ ਕੀ ਨੇ ਸਾਡੇ ਲਈ ਵਾਕਿਫ ਸੌਂਗ ਹੈ ਇਹ ਸਿਮਰਨ ਤਾਂਦਲੀ ਦਾ ਚਲੋ ਦੱਸੋ ਬ੍ਰੋ ਮੈਨੂੰ ਇਹ ਲੱਗ ਰਿਹਾ ਨਾ ਕਿ ਤੂੰ ਉਹ ਕਰ ਲੇਂਗੀ ਕੀ ਕਰ ਲੂੰਗੀ ਜਾਣ ਗਈ ਨਹੀਂ ਮੈਂ ਫਿਰ ਹੂੰ ਹੀ ਤੇਜ ਤਾਂ ਮੈਂ ਪਛਾਨਣਾ ਹੀ ਆ ਦੱਸੋ ਬ੍ਰੋ What are you doing, bro? ਤੂੰ ਵਾਦਾ ਕੀਤਾ ਸੀ ਕਿ ਜਿੰਨ ਤੇਰੀ ਖੁਸ਼ੀਆਂ ਨਾਲ ਭਰ ਦੂੰ। ਤੂੰ ਵਾਦਾ ਕੀਤਾ ਸੀ ਕਿ ਜਿੰਨ ਤੇਰੀ ਖੁਸ਼ੀਆਂ ਨਾਲ ਭਰ ਦੂੰ। ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦੂੰ। ਨਾ ਤੂੰ ਵਾਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ। ਮੇਰੇ ਕਮਲੇ ਦਿਲ ਕਿਉਂ ਘਰ ਦੇ ਅੱਗੇ ਲਿਮਿਟ ਨਾਲੋਂ ਵੱਧ ਗੱਡੀਆਂ ਖੜੀਆਂ ਨੇ, ਬੈਕ ਯਾਰਡ ਵਿੱਚ ਬਾਰਬੀਕਿਊ ਨਾਲ ਨੱਡੀਆਂ ਖੜੀਆਂ ਨੇ। ਭਾਈ ਇਹ ਗਾਣੇ ਦਾ ਸਟਾਰਟਿੰਗ ਨਹੀਂ ਹੈ, ਇੰਗੜੀ ਸਟਾਰਟਿੰਗ ਹੈ, ਇੱਕਦਮ ਸਟਾਰਟਿੰਗ। ਮੈਂ ਵਿਦ ਪ੍ਰੂਫ ਦਿਖਾ ਸਕਦੀ ਆ, ਘਰ ਦੇ ਅੱਗੇ ਲਿਮਿਟ ਫੋਨ ਰੱਖ ਮੈਂ ਆਪਣੇ ਗਾਣਾ ਦੇਖ ਨਹੀਂ ਠੀਕ ਹੈ। ਘਰ ਦੇ ਅੱਗੇ ਲਿਮਿਟ ਨਾਲੋਂ ਵੱਧ ਗੱਡੀਆਂ ਖੜੀਆਂ ਨੇ, ਬੈਕ ਯਾਰਡ ਵਿੱਚ ਬਾਰਬੀਕਿਊ ਨਾਲ ਨੱਡੀਆਂ ਖੜੀਆਂ ਨੇ। ਇੱਕ ਹੋਰ ਲਾਈਨ ਬਤਾ ਦੇ, ਨਹੀਂ ਦੋ ਲਾਈਨਾਂ ਹੀ ਦੀ ਹੋਈ ਹੈ, ਦੋ ਤੋਂ ਜ਼ਿਆਦਾ ਨਹੀਂ ਦੱਸ ਸਕਦੀ। 1 ਮੈਂ ਗਾਣੇ ਦਾ ਨਾਮ ਬਤਾ ਦੂੰ, ਨਹੀਂ 3 4 5 6 7 पूरा मुंह पाना है, टच नहीं करना, पूरा मुंह पा, पूरा पूरा जल्दी बस। यार तेरा मुंह है की है? ओके ठीक है, हर मेरी बारी। गाइस ये दो बारी हार चुका है और मैंने पक्का पता सी इन्हें हारना ही है, इन्हें पूरा हराऊंगी आज मैं। ठीक है बेटा अब देख मन्ना गाने दा है फिर स्टार्टिंग हो। ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ, ਗਰਮ ਗਰਮ ਚਾਹ ਹੱਥ ਤੇ ਡੁੱਲ ਗਈ। ਚਲੋ ਬੇਟਾ ਆ ਕਿਹੜਾ ਗਾਣਾ ਹੈ ਦੁਬਾਰਾ ਬਤਾ ਦੋ। ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ, ਗਰਮ ਗਰਮ ਚਾਹ ਹੱਥ ਤੇ ਡੁੱਲ ਗਈ ਡੁੱਲ ਗਈ। ਮੈਨੂੰ ਇੱਕ ਅੱਧੀ ਹੋਰ ਲਾਈਨ ਦੱਸ ਦੇ। ਕਿਉਂ ਤੂੰ ਦੱਸੀ ਸੀ ਮੈਨੂੰ ਜਦੋਂ ਮੈਂ ਤੈਨੂੰ ਦੱਸਾਂ? ਮੈਨੂੰ ਨਹੀਂ ਪਤਾ ਇਹ ਗਾਣਾ ਪਤਾ ਨਹੀਂ ਕਿਹੜੇ ਜਮਾਨੇ। ਚਲੋ ਫਿਰ ਚਲੋ ਸਟਿਲ ਦੀ ਤੇਰਾ ਵੀ ਪੂਰਾ ਮੂੰਹ ਯਹਾਂ ਪੇ ਯਹਾਂ ਸੇ ਚਿੰਨ ਸੇ और अंदर और अंदर और यार ये क्या बात हुई, यहाँ तक टच होना चाहिए। अब आया मजा तो इसके आगे की लाइन है, हफ्ते डुल गई चा सजना असी तेरी निगाह सजना चजना पजना केड़े जन्म दे गाने भाई। ये बारी गाने का नाम है लाइन में, नवे गाने दस नवा गाना है भाई, पंजाबी गाना है बिलाल सईद का, इसमें क्या है? पर पुराने गाने नहीं दसने देख, ਕਿਉਂਕਿ ਪੁਰਾਣੇ ਗਾਣੇ ਮੈਨੂੰ ਆਉਂਦੇ ਨਹੀਂ ਹੈ ਨਾ, ਮੈਂ ਤੈਨੂੰ ਦੱਸ ਰਹੀ ਹਾਂ ਨਾ ਤੂੰ ਦੱਸ। ਨਵਾਂ ਗਾਣਾ ਹੈ ਠੀਕ ਹੈ, ਹੁਣ ਤੂੰ ਸੁਣਿਆ ਨਹੀਂ ਹੈ ਤਾਂ ਗੱਲ ਵੱਖਰੀ ਹੈ। ਤੇ ਤੂੰ ਰਵਾ ਕਿਉਂ ਰਿਹਾ ਮੈਨੂੰ? ਸੋ ਗਾਣਾ ਹੈ ਉਹ ਤਾਂ ਬਿਜ਼ਨਸ ਸੀ ਯਾਰ, ਨਹੀਂ ਸੋਰੀ ਗਲਤ ਹੋਇਆ, ਉਹ ਤਾਂ ਬਿਜ਼ਨਸ ਮੈਨ ਸੀ ਯਾਰੋ, ਮੇਰਾ ਬਾਪੂ ਫਾਰਮਰ। ਇਹ ਤਾਂ ਗਾਣਾ ਸੁਣਿਆ ਮੈਂ, ਉਹ ਤਾਂ ਬਿਜ਼ਨਸ ਮੈਨ ਸੀ ਯਾਰੋ, ਮੇਰਾ ਬਾਪੂ ਫਾਰਮਰ ਰਹਿੰਦਾ। ਨਹੀਂ ਸੁਣਿਆ ਹੈ ਬਟ ਇਹਨੂੰ ਯਾਦ ਨਹੀਂ ਹੈ, ਯਾਦ ਨਹੀਂ ਹੈ, ਤੈਨੂੰ ਯਾਦ ਨਹੀਂ ਆਉਣਾ। ਨਾਲੇ ਮੈਂ ਕਾਊਂਟਿੰਗ ਨਹੀਂ ਕਰ ਰਹੀ, 1 2 3 4 5 6 7 8 9 10 11 12 13 14 15 16 17 18 19 20 ਪਹਿਲਾ ਮੂੰਹ ਬਣਾਓ, ਦੱਸ ਦੱਸ ਤਾਂ ਦੇ, ਹਾਰ ਗਿਆ ਨਾ, ਮੂੰਹ ਪਾਉਣਾ ਪਏਗਾ ਵਿੱਚ। ਪੂਰਾ ਪੂਰਾ ਬ੍ਰੋ ਪੂਰਾ, ਮੇਰਾ ਦੋ ਵਾਰੀ ਪਵਾਇਆ ਸੀ ਤੂੰ।
भाई इतनी देर तक तो तुम नहीं डाला था। हाँ ठीक है कोई बात नहीं। मजा आया। चलो मैं तो एक बारी हले तक हारी हाँ तो यह तीन बारी हार चुका हूँ मेरी बारी है। अच्छा। मैं तो जीतती जाऊंगी। ओवर कॉन्फिडेंट होना इस टाइम पे। मैं गाना काट लें दो गाइस, इन्होंने दो घंटे लाने कटे हुए हैं। ओ माही वे माही मेनू छड्डियो ना। ओ माही मेनू छड्डियो ना के तेरे बिना रे। आगे 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 वाली लाइन बता। नहीं नहीं भाई दो लाइन अगर मैं बता रहा तो दो लाइनें तेरे को भी आगे से बता। ओ माही मेनू छड्डियो ना, ये तो मैंने बता दी उसके आगे। नहीं तूने, इसने सिर्फ माही माही करा है। मैंने कहा ओ माही वे मेनू छड्डियो ना, आगे की बता अब तू। अगे दा के तेरे बिना दिल नहीं ओ लगना। अगे दी ओ माही गलत है। उसके बाद लाइन है की रुक जा की मैं हले मेरा टाइम कर रहा है। 10 सेकंड सुन गलत है। हाँ 10 सेकंड हो गए। ओ माही मेनू छड्डियो ना के तेरे बिना दिल नहीं ओ लगना। अगे तू जी सकदी नहीं मैं जी सकदा नहीं। नहीं गलत है। बस हार गए। नहीं 5 सेकंड्स रह गए। मैं किसके बारे में साथ लेन दे बारी दी पई है। गारंटी लास्ट ईयर लास्ट ईयर फोर्थ है ब्रो। फोर्थ है लेता है। दो दसते हैं मतलब एक आते एक और। ओके तेरी चोरी विच एक चन हो कोई नवा जहान ते रंग हो। दोबारा। तेरी चोरी विच एक चन हो कोई नवा जहान ते रंग हो। मुझे नहीं पता टाइम वेस्ट नहीं करना पूरा। गुड वेरी गुड मजा आ रहा है। तेनू कोई गाना पता भी है? तू गाने मैं गाने सुनता नहीं मैं। अब मैं बता दूं क्या था? तारियां दी चुन्नी ओढ़ लमी सज सबरन दी तेनू लोड़ नहीं सुफना बनके। अब मैं पहले ही चक्कर लग गई सी। चल हेलो गल सुनो। हाँ जी दसो दसो दसो। बाला तेरे उत्ते मान हाँ जी रखो रखो रखो। एक गाना मैं सोचा था इन्हें पूछूंगी ने मैंने पूछ लिया। चलो जीत गए आप। अच्छा जीत तो गए। अच्छा सॉरी सॉरी ठीक है हुण मेरी बारी। सो तेनू हुण गाइस इहदा हुण लास्ट बारी है। बे शर्मा एक बारी तो जीत ली। तू गाने इदां दे कट रही जिहड़ा हुण आ वाला भी इदां नहीं है तो दसो भाई। ओके सो गाने का नाम है गाने का नाम नहीं गाने के लिरिक्स है की है लिरिक्स। हाँ जिहड़े पानिया नू हाथ लाता आशकां दे लई नी ओ जाम होगा। की दा सॉन्ग है ए तोड़ी तो सुनाउंदा है दोबारा दस। जिहड़े पानिया नू हाथ लाता आशकां दे लई नी ओ जाम होगा। भाई मेनू नहीं पता पता नहीं केड़े केड़े गाने कट रही है तू। चल नहीं तो गाने दा नाम है आ वाला गाना है तेरा प्यार मेनू मिल जे तेरा। सुच्चा प्यार। यार का इतने पुराने पुराने गाने सुच्चे यार के। गाना नहीं है गाना बहुत ट्रेंडिंग से चल गया है। बहुत ट्रेंडिंग से चल गया है। चल हुण तेरी बारी। पता नहीं है ता मेनू ओ मालिक दे मन लवी बाने मर जानी है पुछिया ना कर तू टिकाने मर जानी है। क्या ओ मालिक दे मन लवी मालिक दे मन लवी हां मालिक दे मन लवी मेनू ना बाने मर जानी है। दो लाइनें इदा दिखा दे। क्यों दिखावां समझ नहीं आ रही। पुछया ना कर तू टिकाने मर जानी है। मर जानी है हाँ सही कहा।
ਦੱਸੋ ਨਹੀਂ ਪਤਾ ਟਾਈਮ ਵੇਸਟ ਮਤ ਕਰੋ ਨੋ ਟਾਈਮ ਵੇਸਟ ਸਿਰਫ ਪਨ ਦਾ ਮੈਨੂੰ ਸੋਚਣ ਦੇ ਈਜ਼ੀ ਹੈ ਬਹੁਤ ਈਜ਼ੀ ਪੀਜ਼ੀ ਹੈ ਇੱਕ ਲਾਈਨ ਹੋਲਡ ਕਰ ਜਾ ਜੋ ਮੈਨੇ ਗਾ ਦਿਆ ਨਾ ਹਾਂ ਬਸ ਉਹੀ ਹੈ ਇੱਕ ਲਾਈਨ ਹੋਰ ਜੋ ਮੈਨੇ ਗਾ ਦਿਆ ਉਹੀ ਹੈ ਮਤਲਬ ਉਹੀ ਹੈ ਉਸ ਕੇ ਇਲਾਵਾ ਨਹੀਂ ਗਾਉਂਗਾ ਮੈਂ ਕਿਹਾ ਕਿਤੇ ਉਹੀ ਲਾਈਨ ਰਿਪੀਟ ਕਰਨੀ ਕਰਦੇ ਨਹੀਂ ਪਤਾ ਉਹੀ ਲਾਈਨ ਰਿਪੀਟ ਕਰਨੀ ਸੀ मेरी बारे में तो बहुत पूरा पूरा करवाते पूरा ठीक है जल्दी कर हंसी जा रही है देखो पूरा चलो भाई हो गया तेरा चैलेंज गाइस चित्तिया कौन मैं अब ठीक है मैं कितनी बारी मूड डिप किया तीन बारी किया है मतलब दो पॉइंट मैं जीत गया तब पूरा ही हार गया पूरा ही लूजर 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 सो गाइस इत्थे हुंदा साडा चैलेंज खत्म ते जीत गई मैं ते मेनू बहुत मजा आया इनू दुखी करके सो आई होप बेकार सा चैलेंज था ये ਜਿਹੜਾ ਬੰਦਾ ਹਾਰ ਜਾਂਦਾ ਉਹਨੂੰ ਬੇਕਾਰ ਹੀ ਲੱਗਦਾ ਹੁੰਦਾ ਸੋ ਇਟਸ ਓਕੇ ਸੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਅਗਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਫਿਰ ਨੈਕਸਟ ਵੀਡੀਓ 'ਚ ਬਾਏ ਬਾਏ